ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਪੰਜਾਬ ਕਬੱਡੀ ਉੱਤੇ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅੱਜ ਜਾਣਗੇ 1 ਦਸੰਬਰ 2020 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਹੋ ਰਹੇ ਨੇ ਇਸ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਆਪਣੇ ਇਸ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਕਬੱਡੀ ਤੋਂ ਰਿਲੇਟਡ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਤੱਕ ਪਹਿਲਾ ਕਬੱਡੀ ਕਪ ਫੋਰ ਹੈ ਟੂ ਡੀਆਂ ਕਬੱਡੀ ਟੂਰਨਾਮੈਂਟ ਜਿੱਥੇ 52 ਕਿਲੋ ਦੇ ਮੈਚ ਹੋਣਗੇ ਦੋ ਪਲੇਅਰ ਬਾਹਰੋਂ ਖੇਡ ਸਕਦੇ ਨੇ ਫਰਸਟ ਪ੍ਰਾਈਜ਼ ਹੋਗਾ 4100 ਰੁਪਏ ਪਲੱਸ ਕੱਪ ਅਤੇ ਸੈਕੰਡ ਪ੍ਰਾਈਜ਼ ਹੋਵੇਗਾ 3100 ਰੁਪਏ ਪਲੱਸ ਕੱਪ ਹੋਇਆ ਦੋਸਤੋ ਇਸ ਤੋਂ ਬਾਅਦ ਅਗਲਾ ਇਸ ਤੇ ਹੀ ਬਾਟਕਿਲ ਤੋਂ ਦੇ ਮੈਚ ਹੋਣਗੇ ਜਿੱਥੇ ਦੋ ਪਲੇਅਰ ਬਾਹਰੋਂ ਖੇੜੇ ਸਕਦੇ ਨੇ ਫਰਸਟ ਪ੍ਰਾਈਜ਼ 1500 ਰੁਪਏ ਪਲਸ ਕੱਪ ਹੋਊਗਾ ਅਤੇ ਸੈਕੰਡ ਪ੍ਰਾਈਜ਼ 4100 ਰੁਪਏ ਹੋਊਗਾ ਨਾਲ ਕੱਪ ਦਿੱਤਾ ਜਾਊਗਾ ਐਸਾ ਲਾਈਵ ਦੋਸਤੋ ਤੁਸੀਂ ਕਬੱਡੀ 123 ਦੀ ਕਬੱਡੀ ਦੀ ਵੈਬਸਾਈਟ ਉੱਤੇ ਵੇਖਦੇ ਹੋ ਅਗਲਾ ਕਬੱਡੀ ਕੱਪ ਹੈ ਦੋਸਤੋ ਮੁਠਿਆਵਾਲਾ ਫਿਰੋਜ਼ਪੁਰ ਕਬੱਡੀ ਕੱਪ ਇੱਥੇ ਕਬੱਡੀ 올 オーਪਨ ਦੇ ਮੈਚ ਕਰਵਾਏ ਜਾਣਗੇ ਕਬੱਡੀ ਕੱਪ ਲਾਈਵ ਲਾਈਵ ਚਲਵਾ ਦੋਸਤੋ ਕਬੱਡੀ 360 ਉੱਤੇ ਇਸ ਤੋਂ ਬਾਅਦ ਦੋਸਤੋ ਅਗਲਾ ਕਬੱਡੀ ਕੱਪ ਹੈ ਸੁਨਣੜਾ ਜਲੰਧਰ ਦੇ ਵਿੱਚ ਤੇ ਕਬੱਡੀ ਕੋਲ オーਪਨ ਦੇ ਮੈਚ ਹੋਣਗੇ ਕਬੱਡੀ ਕੱਪ ਲਾਈਵ ਚਲਵਾ ਦੋਸਤੋ ਕਬੱਡੀ 360 ਦੀ ਟੌਪ ਵੈਬਸਾਈਟ ਉੱਤੇ ਤਾਂ ਐਸੀ ਦੋਸਤੋ ਅੱਜ ਦੇ ਕਬੱਡੀ ਕੱਪ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਅਤੇ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਦੋਸਤੋ ਤਾਂ ਜੋ ਤੁਹਾਨੂੰ ਸਾਰੀ ਵੀਡੀਓ ਕਬੱਡੀ ਤੋਂ ਰਿਲੇਟਿਡ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ